ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ। ਸੁਖਦੇਵ ਸਿੰਘ ਢੀਂਡਸਾ ਵੱਲੋਂ ਇਹ ਅਸਤੀਫਾ ਇੱਕ ਪੱਤਰ ਜਾਰੀ ਕਰਕੇ ਦਿੱਤਾ ਗਿਆ। ਸੁਖਦੇਵ ਸਿੰਘ ਢੀਂਡਸਾ ਵੱਲੋਂ ਸੁਖਬੀਰ ਬਾਦਲ ਨੂੰ ਇਹ ਪੱਤਰ ਲਿਖਿਆ ਗਿਆ, ਜਿਸ ਵਿੱਚ ਉਹ ਲਿਖਦੇ ਨੇ, ਪਿਆਰੇ ਸੁਖਬੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਦੇ ਨਿਯਮ ਅਨੁਸਾਰ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਅਨੇਕਾਂ ਪੜਾਅ ਹੁੰਦੇ ਨੇ। ਆਪਣੀ ਜ਼ਿੰਦਗੀ ਸੰਬੰਧੀ ਪਿੱਛੇ ਮੁੜ ਕੇ ਸੋਚਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਹੁਣ ਤੱਕ ਮੈਂ ਕਈ ਅਜਿਹੇ ਹੀ ਮਹੱਤਵਪੂਰਨ ਪੜਾਵਾਂ 'ਚੋਂ ਗੁਜ਼ਰਿਆ ਹਾਂ। ਵਿਦਿਆਰਥੀ ਜੀਵਨ ਤੋਂ ਬਾਅਦ ਬੜੀ ਲਗਨ ਅਤੇ ਪ੍ਰਤੀਬੱਧਤਾ ਨਾਲ ਇਸ ਲਈ ਸਿਆਸਤ ਵਿੱਚ ਪੈਰ ਰੱਖਿਆ ਸੀ ਤਾਂ ਜੋ ਮੈਂ ਆਪਣੇ ਲੋਕਾਂ, ਸਮਾਜ ਅਤੇ ਕੌਮ ਲਈ ਠੋਸ ਰੂਪ ਵਿੱਚ ਕੁਝ ਕਰ ਸਕਣ ਦੇ ਸਮਰੱਥ ਹੋ ਸਕਾਂ। ਲਗਭਗ ਪਿਛਲੇ 6 ਦਹਾਕਿਆਂ ਤੋਂ ਮੈਂ ਇਸੇ ਭਾਵਨਾ ਨਾਲ ਹੀ ਲੋਕ ਜੀਵਨ ਅਤੇ ਪੰਥ ਨੂੰ ਸਮਰਪਿਤ ਰਿਹਾ ਹਾਂ। ਇਸ ਸਮੁੱਚੇ ਸਮੇਂ ਵਿੱਚ ਅਨੇਕਾਂ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ, ਪਰ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਰਹੀ ਕਿ ਮੈਂ ਹਮੇਸ਼ਾ ਹੀ ਸਿਦਕ ਦਿਲੀ ਅਤੇ ਸਮਰਪਿਤ ਭਾਵਨਾ ਨਾਲ ਆਪਣੇ ਸਮਾਜ ਅਤੇ ਕੰਮ ਦੀ ਆਪਣੇ ਵਿੱਤ ਮੁਤਾਬਿਕ ਨਿਮਰਤਾ ਸਹਿਤ ਸੇਵਾ ਕਰ ਸਕਿਆ ਹਾਂ। ਮੈਂ ਇਸ ਗੱਲ ਲਈ ਧੰਨਵਾਦੀ ਹਾਂ ਕਿ ਪਾਰਟੀ ਨੇ ਵੀ ਮੈਨੂੰ ਹਮੇਸ਼ਾ ਮਾਣ ਅਤੇ ਸਨਮਾਨ ਦਿੱਤਾ ਹੈ। ਇਸ ਸਮੇਂ ਦੌਰਾਨ ਪੰਥ ਅਤੇ ਅਕਾਲੀ ਦਲ 'ਤੇ ਅਨੇਕਾਂ ਤਰ੍ਹਾਂ ਦੇ ਝੱਖੜ ਵੀ ਝੂਲੇ, ਪਰ ਹਮੇਸ਼ਾ ਹੀ ਮੇਰੇ ਮਨ ਵਿੱਚ ਦ੍ਰਿੜ ਭਾਵਨਾ ਵਾਲੀ ਲਗਨ ਬਣੀ ਰਹੀ। ਇਸ ਦੌਰ ਵਿੱਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਮੈਨੂੰ ਆਪਣੇ ਸਾਥੀਆਂ ਨਾਲ ਜੇਲ੍ਹ ਯਾਤਰਾਵਾਂ ਵੀ ਕਰਨੀਆਂ ਪਈਆਂ, ਪਰ ਆਪਣੀ ਕੌਮ ਅਤੇ ਭਾਈਚਾਰੇ ਲਈ ਕੁਝ ਕਰ ਸਕਣ ਦੀ ਤਾਂਘ ਸਦਾ ਹੀ ਮੇਰੇ ਮਨ ਵਿੱਚ ਬਣੀ ਰਹੀ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਅਤੇ ਸੰਤੁਸ਼ਟੀ ਹੈ ਕਿ ਇਸ ਸਮੇਂ ਦੌਰਾਨ ਮੈਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੇ ਪੰਥ ਦੇ ਸਿਰਮੌਰ ਆਗੂਆਂ ਦੀ ਰਹਿਨਮਾਈ ਅਤੇ ਸਾਥ ਲਗਾਤਾਰ ਮਿਲਦਾ ਰਿਹਾ। ਹਰ ਮਨੁੱਖ ਦੀ ਇੱਕ ਸੀਮਾ ਅਤੇ ਸਮਰੱਥਾ ਹੁੰਦੀ ਹੈ। ਮੈਂ ਇੰਨਾ ਜ਼ਰੂਰ ਆਖ ਸਕਦਾ ਕਿ ਮੈਂ ਆਪਣੀ ਪੂਰੀ ਸਮਰੱਥਾ ਨਾਲ ਹਮੇਸ਼ਾ ਆਪਣੀ ਕੌਮ ਨੂੰ ਸੰਬੋਧਿਤ ਰਿਹਾ ਹਾਂ। ਜੋ ਵੀ ਮੇਰੇ ਕੋਲੋਂ ਬਣ ਸਕਿਆ ਮੈਂ ਹਮੇਸ਼ਾ ਕਰਨ ਦਾ ਯਤਨ ਕੀਤਾ ਹੈ। ਪਿਛਲੇ ਕਾਫੀ ਸਮੇਂ ਤੋਂ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਇਹ ਮਹਿਸੂਸ ਹੁੰਦਾ ਰਿਹਾ ਕਿ ਹੁਣ ਸਰਗਰਮ ਸਿਆਸਤ ਦੇ ਖੇਤਰ ਵਿੱਚ ਮੈਂ ਆਪਣੀ ਪਾਰੀ ਮੁਕਾ ਲਈ ਹੈ। ਹੁਣ ਇਸ ਖੇਤਰ ਵਿੱਚ ਜ਼ਿਆਦਾ ਸਰਗਰਮ ਹੋਣ ਲਈ ਮੇਰੀ ਸਿਹਤ ਮੈਨੂੰ ਇਜਾਜ਼ਤ ਨਹੀਂ ਦਿੰਦੀ। ਇਸ ਸਮੁੱਚੇ ਹਾਲਾਤ ਨੂੰ ਮੁੱਖ ਰੱਖਦਿਆਂ ਮੈਂ ਆਪਣੀ ਪਾਰਟੀ ਦੇ ਅਹੁਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਪਾਰਟੀ ਦੀ ਕੋਰ ਕਮੇਟੀ ਤੋਂ ਫਾਰਗ ਹੋਣ ਦਾ ਫੈਸਲਾ ਕੀਤਾ ਹੈ, ਕਿਉਂਕਿ ਮੈਂ ਹਮੇਸ਼ਾ ਹੀ ਆਪਣੀ ਪਾਰਟੀ ਨੂੰ ਸਮਰਪਿਤ ਰਿਹਾ ਹਾਂ। ਇਸ ਲਈ ਮੈਂ ਆਉਂਦੇ ਸਮੇਂ ਵਿੱਚ ਵੀ ਹਮੇਸ਼ਾ ਆਪਣੀ ਪਾਰਟੀ ਦਾ ਇੱਕ ਆਮ ਮੈਂਬਰ ਬਣੇ ਰਹਿਣ ਵਿੱਚ ਮਾਣ ਮਹਿਸੂਸ ਕਰਦਾ ਰਹਾਂਗਾ। ਪੰਥ ਦਾ ਦਾਸ ਸੁਖਦੇਵ ਸਿੰਘ ਢੀਂਡਸਾ। ਸੋ ਬੇਸ਼ੱਕ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਸਿਹਤ ਖਰਾਬ ਹੋਣ ਕਾਰਨ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ, ਪਰ ਸੁਖਦੇਵ ਸਿੰਘ ਢੀਂਡਸਾ ਵਿਰੋਧੀਆਂ ਦੇ ਨਿਸ਼ਾਨੇ 'ਤੇ ਜ਼ਰੂਰ ਆ ਗਏ ਨੇ, ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਦੇ ਗੜ੍ਹ ਪਟਿਆਲਾ 'ਚ ਜਾ ਕੇ ਰੈਲੀ ਕਰਨ ਦਾ ਐਲਾਨ ਕੀਤਾ ਗਿਆ, ਅਤੇ ਦੂਜੇ ਪਾਸੇ ਰੈਲੀ ਤੋਂ ਪਹਿਲਾਂ ਹੀ ਸੁਖਦੇਵ ਸਿੰਘ ਢੀਂਡਸਾ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਨੇ। ਲੋਕ ਅੰਦਾਜ਼ੇ ਵੀ ਲਗਾ ਰਹੇ ਨੇ ਕਿ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਇਸ ਕਰਕੇ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਅਦਬੀ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਬਚਾਅ ਕਰਨ ਦੇ ਲਈ ਅੱਗੇ ਕੀਤਾ ਜਾ ਰਿਹਾ ਸੀ। ਸੋ ਇਸੇ ਦਬਾਅ ਕਰਕੇ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ। ਸਰ, ਜਿਹੜਾ ਸੁਖਦੇਵ ਸਿੰਘ ਢੀਂਡਸਾ ਅਸਤੀਫੇ ਬਾਰੇ ਗੱਲ ਹੈ, ਕੀ ਗੱਲ ਹੋ ਗਈ ਹੈ? ਸਰ ਦੇਖੋ, ਹੁਣ ਤੱਕ ਆਫੀਸ਼ਲੀ ਤਾਂ ਸਾਡੇ ਕੋਲ ਕੋਈ ਅਸਤੀਫਾ ਨਹੀਂ ਆਇਆ, ਪਰ ਜੋ ਮੀਡੀਆ 'ਚ
ਸੁਣਿਆ ਕਿਉਂਕਿ ਕਾਫੀ ਪਿਛਲੇ ਲੰਬੇ ਸਮੇਂ ਤੋਂ ਸਿਹਤ ਉਹਨਾਂ ਦੀ ਠੀਕ ਨਹੀਂ ਰਹੀ, ਇਸ ਕਰਕੇ ਸਿਹਤ ਵਾਲੀ ਤਾਂ ਉਹਨਾਂ ਦੀ ਗੈਨੋਨ ਸਮੱਸਿਆ ਮੈਂ ਵੀ ਸਮਝਦਾ, ਕਾਫੀ ਲੰਬੇ ਸਮੇਂ ਤੋਂ ਜਿਹੜੀ ਸਰਵਾਈਕਲ ਦੀ ਸਮੱਸਿਆ ਨਾਲ ਕਾਫੀ ਪਰੇਸ਼ਾਨ। ਬਾਕੀ ਜਦੋਂ ਰੈਜੀਗਨੇਸ਼ਨ ਸਾਡੇ ਕੋਲ ਹਾਲੇ ਪ੍ਰੋਫੈਸਰ ਜੋ ਕੋਈ ਫੈਸਲਾ ਵੀ ਹੋਏਗਾ ਉਹ ਕੋਰ ਕਮੇਟੀ ਕਰੇ। ਤੁਹਾਡਾ ਇਸ ਵੇਲੇ ਉਹਨਾਂ ਦੇ ਘਰ ਆਣਾ, ਤੁਸੀਂ ਆਏ ਹੋ? ਸਾਡਾ ਤਾਂ ਪਰਿਵਾਰ ਹੀ ਹੈ, ਕੋਈ ਇਸ ਕਰਕੇ ਘਰ ਤਾਂ ਹੈ ਨੀ। ਮੈਂ ਵੀ ਇਸੇ ਕਰਕੇ ਹਾਲ ਪੁੱਛਣ ਵਾਸਤੇ ਆਇਆ ਸੀ, ਪਰ ਇਸ ਵੇਲੇ ਉਹ ਘਰ ਹੈ ਨੀ। ਜਦੋਂ ਆਉਣਗੇ ਦੁਬਾਰਾ ਮਿਲੂਗਾ, ਮਿਲ ਕੇ ਉਹਨਾਂ ਨਾਲ ਫਿਰ ਕੋਈ ਗੱਲ। ਇਸ ਵੇਲੇ ਇੱਕ ਥੋੜਾ ਜਿਹਾ ਮੁਸ਼ਕਿਲ ਸਮਾਂ ਨਿਕਲ ਰਿਹਾ ਜੀ ਸ਼੍ਰੋਮਣੀ ਅਕਾਲੀ ਦਲ ਦਾ, ਕਿ ਇਸ ਵੇਲੇ ਜਿਹੜਾ ਉਹਨਾਂ ਦਾ ਅਸਤੀਫਾ ਦੇਣਾ, ਚਾਹੇ ਸਿਹਤ ਦੇ ਕਾਰਨਾਂ ਕਰਕੇ ਪਾਰਟੀ ਨੇ ਸਾਰੀ ਉਮਰ ਹੀ ਮੁਸ਼ਕਿਲ ਸਮੇਂ ਪਾਰਟੀ ਦੇ ਦੇਖੇ ਆ, ਬਹੁਤ ਔਖੇ ਤੋਂ ਔਖੇ ਸਮੇਂ ਪਾਰਟੀ ਦੇ ਨਾਲ ਦੇਖੇ ਆ। ਇਸ ਕਰਕੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਾਲ ਸਾਰੀ ਉਮਰ ਚਟਾਨ ਵਾਂਗੂ ਖੜ ਕੇ ਔਖੀ ਤੋਂ ਔਖੀ ਸਥਿਤੀ ਨੂੰ ਫੇਸ ਕੀਤਾ। ਪਰ ਜਿਹੜੀ ਉਹਨਾਂ ਦੀ ਸਿਹਤ ਦੀ ਹੈ ਉਹ ਪ੍ਰੈਕਟੀਕਲ ਸਮੱਸਿਆ, ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਉਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ, ਲੇਕਿਨ ਉਹਨਾਂ ਦੀ ਬਹਾਦਰੀ ਹੈ ਕਿ ਉਹਦੇ ਬਾਵਜੂਦ ਵੀ ਉਹ ਕੈਰੀ ਆਊਟ ਕਰਦੇ। ਤੁਸੀਂ ਉਹਨਾਂ ਮਨਾਉਣ ਦੀ ਕੋਸ਼ਿਸ਼ ਕਰੋਗੇ? ਨਹੀਂ, ਮਨਾਉਣਾ ਤਾਂ ਕਿਸੇ ਨੂੰ ਤਾਂ ਹੁੰਦਾ ਪਿੰਦਰਾ ਜੋ, ਲੇਕਿਨ ਸਿਹਤ ਤੇ ਇੱਕ ਵੱਖਰਾ ਫੈਕਟਰ ਹੁੰਦਾ। ਅੱਜ ਦੇ ਨਹੀਂ, ਕਾਫੀ ਜਿਹੜੇ ਲੰਬੇ ਸਮੇਂ ਤੋਂ ਉਹ ਸਿਹਤ ਕਰਕੇ ਪਰੇਸ਼ਾਨ ਹੈ। ਇਸ ਕਰਕੇ ਸਾਡਾ ਤਾਂ ਪਰਿਵਾਰ ਜਿਹੜੀ ਹੈ ਅਫੀਸ਼ਲੀ ਸਾਡੇ ਕੋਲ ਕੋਈ ਰੈਜੀਗਨੇਸ਼ਨ ਜਿਹੜਾ ਉਹਨਾਂ ਦਾ ਪਹੁੰਚਿਆ ਵੀ ਨਹੀਂ। ਇਸ ਕਰਕੇ ਜਦੋਂ ਕੋਈ ਆਏਗਾ ਅਸੀਂ ਕੋਰ ਕਮੇਟੀ ਕੋਲ ਭੇਜਾਂਗੇ, ਤੇ ਉਦੋਂ ਬਾਅਦ ਕੋਈ ਕਮੈਂਟ ਜਿਹੜਾ ਹੋਊਗਾ। ਠੀਕ। ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫਾ ਦੇਣ ਦਾ ਕਾਰਨ ਕੋਈ ਵੀ ਹੋਵੇ, ਪਰ ਢੀਂਡਸਾ ਸਾਹਿਬ ਦੇ ਅਸਤੀਫਿਆਂ ਤੋਂ ਬਾਅਦ ਸਿਆਸਤ ਗਰਮਾ ਜ਼ਰੂਰ ਗਈ ਹੈ। ਨਿਊਜ਼ ਡੈਸਕ, ਪੰਜਾਬੀ ਲੋਕ ਚੈਨਲ।